ਵਲੈਤੀ 7 ਦੇ ਵਿੱਚ ਸਵਾਗਤ ਤੁਹਾਡਾ ਸਾਰਿਆਂ ਦਾ ਯੂਕੇ ਯੂਰਪ ਦੇ ਵਿੱਚ ਸਾਨੂੰ ਤੁਸੀਂ ਸਕਾਈ 775 ਦੇ ਉੱਤੇ ਇਸ ਵਕਤ ਦੇਖ ਰਹੇ ਹੋ ਪੀਬੀਸੀ ਦੇ ਉੱਤੇ ਪੀਬੀਸੀ ਨੇ ਇੱਕ ਸਾਲ ਆਪਣਾ ਜਿਹੜਾ ਪੂਰਾ ਕੀਤਾ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਤੇ ਆਸਿਆ ਪੀਬੀਸੀ ਅੱਗੇ ਵੀ ਇਵੇਂ ਹੀ ਤੁਹਾਡੀ ਖੇਦਮਤ ਦੇ ਵਿੱਚ ਹਾਜ਼ਰ ਰਹੇਗਾ ਕਹਿੰਦੇ ਵੀ ਦਿਲਾ ਬੜਾ ਤੂੰ ਚੰਗਾ ਐ ਫੇਰ ਕੀ ਐ ਇਥੇ ਲੋਕ ਅਜ਼ਮਾ ਕੇ ਵੇਖਦੇ ਨੇ ਝੁੱਕ ਕੇ ਮਿਲਣ ਵਾਲੇ ਕਦੀ ਵੇਖਿਆ ਹੀ ਸਭ ਕੁਝ ਅੱਖ ਚੁਰਾ ਕੇ ਵੇਖਦੇ ਨੇ ਦੀਦੇ ਕੁਦਰਤ ਦੇ ਫੁੱਲਾਂ ਦੀ ਆਬਰੂ ਨੂੰ ਕੰਡਿਆਂ ਵਿੱਚ ਉਲਝਾ ਕੇ ਵੇਖਦੇ ਨੇ ਤੇ ਚਿਹਰਾ ਸ਼ਾਈ ਸਿੱਕਾ ਭਾਵੇਂ ਲੱਖ ਹੋਵੇ ਤਾਂ ਵੀ ਲੋਕ ਟਣਕਾ ਕੇ ਵੇਖਦੇ ਨੇ ਤੇ ਸੋਨਾ ਪਾਸੇ ਦਾ ਹੋਵੇ ਕਸਵੱਟੀ ਲਾ ਕੇ ਉਤੋਂ ਅੱਗ ਵਿੱਚ ਪਾ ਕੇ ਵੇਖਦੇ ਨੇ ਤੇ ਸੁੱਚੇ ਹੀਰੇ ਨੂੰ ਆਰੀਆਂ ਦੇ ਕੇ ਕਟ-ਕਟਾ ਕੇ ਵੇਖਦੇ ਨੇ ਜਿਹੜਾ ਸੁਰਮਾ ਜਿਹੜਾ ਸੁਰਮਾ ਜੋਬਨ ਬਣੇ ਅੱਖੀਆਂ ਦਾ ਖਰਲਾਂ ਵਿਚ ਰਗੜਾ ਕੇ ਵੇਖਦੇ ਨੇ ਰੋਮੇ ਯਾਰਾਂ ਨੂੰ ਇੱਥੇ ਸਕੇ ਭਰਾ ਖੂਹੇ ਲਮਕਾ ਕੇ ਵੇਖਦੇ ਨੇ ਤੇ ਇੱਥੇ ਸਭਨਾ ਤੋਂ ਚੰਗੀ ਹੈ ਖਾਕ ਦਾਮਨ ਜੇ ਨੂੰ ਪਰਖ ਪਰਖਾ ਕੇ ਵੇਖਦੇ ਨੇ ਉਸਤਾਦ ਦਮਨ ਹੁਣ ਲਿਖਦੇ ਨੇ ਗੱਲ ਇਦਾਂ ਵੀ ਆਪਣਾ ਪ੍ਰੋਗਰਾਮ ਹੈਗਾ ਵਿਲੈਤੀ ਸੱਤ ਸੱਥਾਂ ਦੇ ਵਿੱਚ ਜਿਵੇਂ ਕਹਿੰਦੇ ਨਾ ਹੱਟੀ ਤੇ ਪੱਟੀ ਦੇ ਉੱਤੇ ਸੱਤਾਂ ਸੱਥਾਂ ਦੇ ਵਿੱਚ ਗੱਲਾਂ ਬਾਤਾਂ ਜੋ ਦੁਨ ਦੇਸ਼ ਦੁਨੀਆ ਚ ਹੁੰਦਾ ਹੋਵੇ ਉੱਥੇ ਹੀ ਹੁੰਦੀਆਂ ਤੇ ਜਿਹੜਾ ਸੱਥਾਂ ਦੇ ਵਿੱਚ ਬੈੰਦਾ ਰਿਹਾ ਹੋਵੇ ਨਾ ਸਿਆਣੇ ਬਜ਼ੁਰਗਾਂ ਦੇ ਵਿੱਚ ਉਥੇ ਤੇ ਉਹ ਗੱਲਾਂ ਉਹਨਾਂ ਦੀਆਂ ਸਿੱਧੀਆਂ ਸਪਾਟ ਹੁੰਦੀਆਂ ਸੀ ਐਨ ਬੈਨੇਫੈਕਟਰ ਤੋਂ ਕੋਈ ਸੋਚ ਵਿਚਾਰ ਕੇ ਨਹੀਂ ਸੀਪਤੀ ਬਾਜੀ ਲਗਣੀ ਤੇ ਜੋ ਚੱਲਦਾ ਹੋਣਾ ਉਹ ਤਾਂ ਹੀ ਕਹਿੰਦੇ ਵੀ ਕਿਹੜਾ ਮੁੱਖ ਮੰਤਰੀ ਬਣੂ ਤੇ ਕਿਹੜਾ ਹਾਰੂ ਇਹਦਾ ਜਿਹੜਾ ਨਿਰਣਾ ਸੱਤ ਚ ਬੈਠੇ ਸੀਪਲੌਣ ਵਾਲੇ ਬਾਬੇ ਪਹਿਲਾਂ ਕੱਢ ਲੈਂਦੇ ਹੁੰਦੇ ਸੀ ਕਿਉਂਕਿ ਧਰਤੀ ਨਾਲ ਜੁੜੇ ਸੀ ਆਮ ਲੋਕਾਂ ਦੀਆਂ ਗੱਲਾਂ ਸਾਡੀ ਵੀ ਕੋਸ਼ਿਸ਼ ਇਹੋ ਹੀ ਆ ਤੁਹਾਡੀਆਂ ਗੱਲਾਂ ਤੁਹਾਡੀ ਭਾਸ਼ਾ ਦੇ ਵਿੱਚ ਸਿੱਧੀਆਂ ਸਪਾਰਟ ਦੀਆਂ ਗੱਲਾਂ ਘੰਟੇ ਇੱਕ ਦਾ ਪ੍ਰੋਗਰਾਮ ਹੁੰਦਾ ਤੁਹਾਡੇ ਨਾਲ ਕਰਨੇ ਦੀ ਕੋਸ਼ਿਸ਼ ਕਰੀਦੀ ਆ ਅੱਜ ਗੱਲ ਆਪਾਂ ਜਿਹੜੀ ਸ਼ੁਰੂਆਤ ਕਰਨੀ ਆ ਗੱਲ ਇਦਾਂ ਵੇ ਡਰ ਤੇ ਇੱਜ਼ਤ ਦੋਨਾਂ 'ਚ ਫਰਕ ਆ ਜਿਹੜੇ ਕਿਸੇ ਤੋਂ ਡਰਾ ਕੇ ਆਪਾਂ ਨਾ ਇੱਜ਼ਤ ਕਰਵਾਉਣੀ ਹੋਵੇ ਉਹ ਲਿਮਟਡ ਬਹੁਤ ਥੋੜੇ ਸਮੇਂ ਲਈ ਹੋ ਸਕਦੀ ਆ ਕੋਈ ਬਹੁਤ ਵੱਡਾ ਬਦਮਾਸ਼ ਹੋਵੇ ਲੋਕੋ ਤੋਂ ਡਰ ਕੇ ਝੁਕ ਝੁਕ ਸਲਾਮਾ ਕਰਨਗੇ ਜਦੋਂ ਕੋਈ ਉਸ ਤੋਂ ਵੱਡਾ ਆ ਗਿਆ ਡਰ ਜਿਹੜਾ ਉਹ ਖਤਮ ਹੋ ਜਾਂਦਾ ਸੋ ਪਰ ਜੇ ਦੁਨੀਆ 'ਚ ਇੱਜ਼ਤ ਕਮਾਈ ਹੋਵੇ ਉਹ ਫਿਰ ਜਿਉਂ-ਜਿਉਂ ਬਜ਼ੁਰਗ ਹੁੰਦਾ ਜਾਂਦਾ ਉਹ ਘਟਦੀ ਨਹੀਂ ਉਹ ਵੱਧ ਹੀ ਜਾਂਦੀ ਆ ਡਰ ਦੀ ਇੱਜ਼ਤ ਦਾ ਥੋੜਾ ਸਮਾਂ ਹੁੰਦਾ ਇਸੇ ਕਰਕੇ ਜਿਹੜੇ ਬਦਮਾਸ਼ੀ ਵੀ ਕਰਦੇ ਆ ਨਾ ਉਹ ਵੀ ਅੰਤ ਵਿੱਚ ਜਾ ਕੇ ਸਤਕਾਰਿਤ ਹੋਣਾ ਚਾਹੁੰਦੇ ਆ ਇਸੇ ਕਰਕੇ ਉਹ ਸਿਆਸਤ ਦੇ ਵਿੱਚ ਆਉਂਦੇ ਆ ਜਾਂ ਹੋਰ ਸਮਾਜ ਸੇਵਾ ਦੇ ਵਿੱਚ ਲੱਗਦੇ ਆ ਤੇ ਆਮ ਲੋਕਾਂ ਦੇ ਨਾਲੋਂ ਫਰਕ ਇਹ ਕਿ ਹੁੰਦਾ ਦੁਨੀਆ ਥੋੜੀ ਜਿਹੀ ਵੱਧ ਦੇਖੀ ਹੁੰਦੀ ਆ ਇਹ 'ਚ ਕੋਈ ਸ਼ੱਕ ਨਹੀਂ ਜੇ ਤਾਂ ਇੱਕ ਉਹ ਘੇਰਾ ਪੜ੍ਹਨੇ ਲਿਖਣੇ ਵਾਲਾ ਬੰਦਾ ਬਹੁਤ ਥੋੜਾ ਪੜਿਆ ਲਿਖਿਆ ਆਪਣੇ ਕੰਮਕਾਰ ਤੇ ਗਿਆ ਉਹਦੀ ਜ਼ਿੰਦਗੀ ਵੱਖਿਆ ਪਰ ਇਦਾਂ ਦੇ ਲੋਕਾਂ ਦੀ ਜ਼ਿੰਦਗੀ ਵੱਖ ਹੁੰਦੀ ਆ ਇਸੇ ਕਰਕੇ ਉਹ ਕਹਿੰਦੇ ਆ ਕਪੂਰ ਸੂਣੀ ਵੀ ਕਿ ਵਿਗੜਿਆ ਹੋਇਆ ਕਲਾਕਾਰ ਇੱਕ ਬਦਮਾਸ਼ ਹੁੰਦਾ ਤੇ ਸੁਧਰਿਆ ਹੋਇਆ ਬਦਮਾਸ਼ ਇੱਕ ਕਲਾਕਾਰ ਹੋ ਜਾਂਦਾ ਉਹ ਫਿਰ ਜਾਣਦਾ ਹੁੰਦਾ ਕਿ ਕਿਹੜੀ ਰਮਜ਼ ਕਿ ਕਿੱਥੇ ਜਾ ਕੇ ਕਿੱਥੋਂ ਅਗਲਾ ਬੋਲਦਾ ਤੇ ਗੱਲ ਚੱਲ ਕਿੱਥੋਂ ਰਹੀ ਹੈ ਤੇ ਜਵਾਬ ਇਹਦਾ ਕੀ ਦੇਣਾ ਹੁਣ ਕਿਉਂਕਿ ਬਲੇਰੀ ਦੇ ਵਕੋ-ਵਕ ਜਿਹੜੇ ਉਹ ਪੜਾ ਆਇਆ ਦਲੇਰੀ ਕਲੀ ਇਹ ਨਹੀਂ ਵੀ ਕਿਸੇ ਦੇ ਚਾਰਚ ਪੇੜਾਂ ਜੜ ਦਿਤੀਆਂ ਇੱਥੇ ਕਿਤੇ ਫਾਸਪੈਕ ਤੇ ਉੱਥੇ ਪਾਸਪੈ ਇੱਕ ਉਮਰ ਤੇ ਬਾਅਦ ਜਾ ਕੇ ਇਹ ਵੀ ਦਲੇਰੀ ਆ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਦੇਣਾ ਜਿੱਥੇ ਬਹੁਤ ਸਾਰੇ ਲੋਕ ਚੁੱਪ ਹੋ ਜਾਂਦੇ ਆ ਇਸੇ ਕਰਕੇ ਇੱਕ ਸੁਧਰਿਆ ਹੋਇਆ ਬਦਮਾਸ਼ ਇੱਕ ਕਲਾਕਾਰ ਹੋ ਜਾਂਦਾ ਉਹ ਕਿਉਂਕਿ ਇੱਕ ਨਾ ਇਹਦੇ ਵਿੱਚ ਵੀ ਫਰਕ ਆ ਕਿ ਥੋੜਾ ਜਿਹਾ ਬਿਗੜਨ ਤੇ ਸੁਧਰਨ ਦੀ ਉਮਰ ਆ ਛੋਟੀ ਉਮਰੇ ਵਿਗੜਿਆ ਤੇ ਬਾਅਦ ਦੇ ਵਿੱਚ ਜਿਹੜਾ ਉਹ ਸੁਧਰ ਜਾਂਦਾ ਤੇ ਜੇ ਵਿਗੜਿਆ ਬੰਦਾ ਜਾ ਕੇ ਨਾ 40 45 ਦੇ ਨੇੜੇ ਹੋਵੇ ਬਾਅਦ ਚ ਵਿਗੜੇ 35 40 ਦੇ ਨੇੜੇ ਉਹ ਨਹੀਂ ਸੁਧਰਦਾ ਫਿਰ ਇਸੇ ਕਰਕੇ ਜਿਹੜੇ ਆ ਕਿਸੇ ਵੀ ਆ ਕਾਲਜਾਂ ਦੇ ਵਿੱਚ ਪੜ੍ਹਦੇ ਮੁੰਡੇ ਕਿਤੇ ਵੀ ਆ ਤੁਸੀਂ ਦੇਖ ਲਿਓ ਜਿਹੜੇ ਕਾਲਜ ਦਾ ਨਾ ਸਿਰੇ ਦਾ ਲੋਚਾ ਬੰਦਾ ਜਿਹਨੂੰ ਲੋਕ ਕਹਿੰਦੇ ਹੋਣਗੇ ਜਾਂ ਇਹਨੂੰ ਬਦਮਾਸ਼ ਕਹਿੰਦੇ ਹੋਣਗੇ ਜਦੋਂ ਉਹ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਉਹ ਉਥੇ ਤਰੱਕੀ ਵੱਧ ਕਰ ਲੈਂਦਾ ਇਹ ਤੁਸੀਂ ਦੇਖਿਓ ਕਾਰਨ ਕੀ ਆ ਕਾਰਨ ਇਹੋ ਹੀ ਆ ਫੈਸਲੇ ਲੈਣ ਦੀ ਦਲੇਰੀ ਹੁੰਦੀ ਆ ਦਲੇਰੀ ਕੱਲੀ ਇੱਕ ਪਾਸੇ ਨਹੀਂ ਉਹਦੀ ਦਲੇਰ ਬੰਦਾ ਹਰ ਕ ਪਾਸੇ ਹੁੰਦਾ ਗੱਲ ਕਰਨ ਚ ਵੀ ਦਲੇਰ ਫੈਸਲੇ ਲੈਣ ਚ ਵੀ ਦਲੇਰੀ ਤੇ ਤੁਸੀਂ ਦੇਖਿਓ ਉਹ ਬਾਹਰ ਆ ਕੇ ਕਦੀ ਭੁੱਖਾ ਨਹੀਂ ਮਰਦਾ ਤੁਸੀਂ ਦੇਖਿਆ ਹੋਊਗਾ ਵੱਡੇ ਬਿਜ਼ਨਸ ਜਿੰਨੇ ਸੈੱਟ ਕੀਤੇ ਹੋਣਗੇ ਨਾ ਇਹ ਕਾਲਜ ਦੇ ਵਿੱਚ ਜਿਹੜੇ ਲੜਦੇ ਪੜ੍ਹਦੇ ਹੋਣਗੇ ਬਾਹਰ ਆ ਕੇ ਉਹ ਉਹੀ ਦਲੇਰ ਫੈਸਲੇ ਲੈ ਕੇ ਆਪਣਾ ਬਿਜ਼ਨਸ ਆਪਣਾ ਪਰਿਵਾਰਗਾ ਸੈੱਟ ਕਰਨੇ ਵਾਲੇ ਲੋਕਾਂ ਦੇ ਵਿੱਚ ਹੁੰਦੇ ਆ ਕੁਝ ਲੋਕ ਸਾਰੀ ਜ਼ਿੰਦਗੀ ਸਟੇਬਲ ਹੋ ਕੇ ਚੱਲਦੇ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਆਪੋ ਆਪਣਾ ਫੇਸ ਆ ਵੈਸੇ ਪੜੇ ਲਿਖੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਤੇ ਆਮ ਜਿਹੜਾ ਆ ਆੜੇ ਜਿਹੜੀਆਂ ਗੱਲਾਂ ਮੈਂ ਕਰਨ ਦੇ ਆ ਦੇ ਵੱਡੇ ਦ੍ਰਿਸ਼ਟੀਕੋਣ ਨਾਲ ਦੇਖੀਏ ਤੇ ਸਿਆਣਪ ਆ ਪੜ੍ਹ ਲਿਖਣ ਵਾਲੇ ਕੰਮ ਆਤੀ ਆ ਗੱਲਾਂ ਮੈਂ ਤੁਹਾਡੇ ਨਾਲ ਇਹ ਗੱਲਾਂ ਤਾਂ ਕਰਦਾ ਲਖੇ ਸਿਧਾਨੇ ਦੇ ਬਾਰੇ ਬਹੁਤ ਵਾਰੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਰਹੇ ਦਿਆ ਕਿ ਪਹਿਲਾਂ ਉਹ ਗੈਂਗਸਟਰ ਸੀ ਸਾਬਕਾ ਗੈਂਗਸਟਰ ਕਹ ਲਓ ਹੁਣ ਫੇ ਹੁਣ ਸਿਆਸਤ ਦੇ ਵਿੱਚ ਆਇਆ ਮੌੜ ਹਲਕੇ ਤੋਂ ਚੋਣ ਜ ਲੜੀ ਹਾਰ ਗਿਆ ਪਿਛਲੇ 2-3 ਦਿਨਾਂ ਤੋਂ ਜੇ ਆਪਾਂ ਦੇਖੀਏ ਨਾ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਸਿਆਸਤ ਦੇ ਵਿੱਚ ਤੇ ਉਹ ਇਸ ਵਕਤ ਲੱਖੇ ਸਦਾਨ ਦੀ ਟੀਮ ਹੈ ਉਹਨਾਂ ਦੀ ਗੱਲ ਦੇ ਨਾਲ ਕੌਣ ਸਹਿਮਤ ਆ ਕੌਣ ਸਹਿਮਤ ਆ ਇਹ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਪਰ ਇਹ ਗੱਲ ਜੇ ਆਪਾਂ ਦੇਖੀਏ ਕਿ ਇੱਕ ਟੀਮ ਦੇ ਬੰਦੇ ਜਿਹੜੇ ਆ ਉਹ ਭਗਵੰਤ ਮਾਨ ਜਾਂ ਸਰਕਾਰ ਦੇ ਖਿਲਾਫ ਬੋਲਦੇ ਆ ਜੀ ਠੀਕ ਆ ਜੀ ਜਾਂ ਆਪਣੇ ਘਰੇ ਜਿਹੜੀ ਉਹ ਕਚਹਿਰੀ ਲਾਉਂਦੇ ਪਿਛਲੀ ਵਾਰੀ ਵੀ ਆਪਾਂ ਗੱਲ ਚੁੱਕੀ ਕਿ ਬੋਰਡ ਬੱਧਾ ਵੱਡਾ ਲਾ ਦਿਓ ਕਿ